ਜੀ ਦਾ ਧੰਨਵਾਦ ਕਰੋ ਕਿ ਪ੍ਰਭੂ ਅੱਜ ਦਾ ਵਚਨ ਸਾਡੀ ਜ਼ਿੰਦਗੀ 'ਚ 100 ਗੁਣਾ ਫਲ ਲੈ ਕੇ ਆਵੇ ਮੇਰੇ ਪਿਤਾ ਪਰਮੇਸ਼ਵਰ ਜੀ ਔਰ ਪਿਤਾ ਪਰਮੇਸ਼ਵਰ ਦੇ ਵਚਨ ਬੋਲਿਆ ਜਾਵੇ ਮੇਰੇ ਖੁਦਾ ਬਾਪ ਲੋਕਾਂ ਦੇ ਪਿਤਾ ਪਰਮੇਸ਼ਵਰ ਦਿਲ ਛੇਤ ਜਾਣ ਮੇਰੇ ਪਿਤਾ ਪਰਮੇਸ਼ਵਰ ਦੇ ਦਿਲ ਦੀਆਂ ਤਾਕਤੀਆਂ ਤੇ ਪ੍ਰਭੂ ਇਹ ਵਚਨ ਲਿਖਿਆ ਜਾਵੇ ਮੇਰੇ ਪਿਤਾ ਪਰਮੇਸ਼ਵਰ ਜੀ ਅੱਜ ਦਾ ਵਚਨ ਪ੍ਰਭੂ ਜੀ ਤੁਹਾਡੇ ਵੱਲੋਂ ਹੋਵੇ ਮੇਰੇ ਖੁਦਾ ਬਾਪ ਹਾਲੇਲੂਇਆ ਧੰਨਵਾਦ ਧੰਨਵਾਦ ਕਰੋ ਧੰਨਵਾਦ ਧੰਨਵਾਦ ਪ੍ਰਭੂ ਦਾ ਧੰਨਵਾਦ ਧੰਨਵਾਦ ਹਾਲੇਲੂਇਆ 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 ਧੰਨਵਾਦ 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 ਅੱਜ ਮੈਂ ਤੁਹਾਨੂੰ ਪ੍ਰਭੂ ਦੇ ਬਪਤਾਈਸ ਬਾਰੇ ਔਰ ਪ੍ਰਭੂ ਦੇ ਬਚਨ ਦੇ ਬਾਰੇ ਤੇ ਅੱਜ ਪ੍ਰਭੂ ਦੇ ਅਧਿਕਾਰਾਂ ਦੇ ਬਾਰੇ ਮੈਂ ਤੁਹਾਨੂੰ ਨਾਲ ਗੱਲ ਕਰਦੀ ਹਾਂ ਕਿ ਗਿਆਨ ਬਿਨਾਂ ਮੇਰੀ ਪ੍ਰਜਾ ਕੀ ਨਾਸ਼ ਹੋ ਰਹੀ ਆ ਹਾਲੇਲੂਇਆ ਪ੍ਰਭੂ ਦੇ ਬਚਨ ਕਹਿੰਦਾ ਕਿ ਗਿਆਨ ਬਿਨਾਂ ਮੇਰੀ ਪ੍ਰਜਾ ਕੀ ਨਾਸ਼ ਹੋ ਰਹੀ ਆ ਆਪਾਂ ਪੜਾਂਗੇ 16 ਪੜਾਂਗੇ ਹਾਂ ਜਿਹੜਾ ਨੈਚਾ ਕਰੇ ਅਤੇ ਬਪਤਿਸਮਾ ਲਵੇ ਉਹ ਬਚਾਇਆ ਜਾਵੇਗਾ ਪਰ ਜਿਹੜਾ ਪ੍ਰਤੀਤ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ ਹਾਲੇਲੂਇਆ ਦੇਖੋ ਕਹਿੰਦਾ ਜਿਹੜਾ ਨੇਚਾ ਕਰੇ ਅਤੇ ਬਪਤਾਈਜ਼ ਲਵੇ ਉਹ ਬਚਾਇਆ ਜਾਵੇਗਾ ਪਰ ਜਿਹੜਾ ਪ੍ਰਤੀਤ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ ਹਾਲੇਲੂਇਆ ਹੁਣ ਦੇਖੋ ਬਚਨ ਕੀ ਕਹਿੰਦਾ ਜਿਹੜਾ ਬਚਨ ਜਿਹੜਾ ਵਿਸ਼ਵਾਸ ਕਰੇਗਾ ਨੇਚਾ ਕਰੇਗਾ ਆਪਾਂ ਕਈ ਕਹਿੰਦੇ ਕਿ ਆਪਾਂ ਹੈ ਨਾ ਪ੍ਰਭੂ ਦੇ ਵਿੱਚ ਆ ਵੀ ਆਪਾਂ ਬਪਤਾਈਜ਼ ਲਵਾਂਗੇ ਤਾਂ ਆਪਾਂ ਚੰਗੇ ਹੋ ਜਾਵਾਂਗੇ ਪਰ ਮੈਂ ਤੁਹਾਡੀ ਨੌਲੇਜ ਲਈ ਇਹ ਜਾਣਕਾਰੀ ਦੱਸਦੀ ਹਾਂ ਕਿ ਪ੍ਰਭੂ ਦਾ ਵਚਨ ਇੱਦਾਂ ਨੀਗਾ ਕਿ ਅਸੀਂ ਬਪਤਾਈਜ਼ ਲਵਾਂਗੇ ਤਾਂ ਅਸੀਂ ਚੰਗੇ ਹੋ ਜਾਵਾਂਗੇ ਪਰ ਅਸੀਂ ਵਿਸ਼ਵਾਸ ਕਰਾਂਗੇ ਪਰਮੇਸ਼ਵਰ ਤੇ ਤਾਂ ਕੀ ਆ ਚੰਗੇ ਹੋ ਜਾਵਾਂਗੇ ਤੇ ਬਪਤਾਈਜ਼ ਲੈਣ ਨਾਲ ਕੀ ਹੁੰਦਾ ਆ ਅਸੀਂ ਨਵਾਂ ਜੀਵਨ ਪਾਉਂਦੇ ਹਾਂ ਬਹੁਤੇ ਆ ਜੋ ਕਹਿੰਦੇ ਆ ਕਿ ਅਸੀਂ ਬਪਤਾਈਜ਼ ਲੈ ਲਓ ਜੀ ਤੁਸੀਂ ਠੀਕ ਹੋ ਜਾਣਾ ਇੱਦਾਂ ਹੀ ਆ ਨਾ ਇੱਦਾਂ ਹੀ ਕਹਿੰਦੇ ਸਾਰੇ ਜਣੇ ਕਹਿੰਦੇ ਬਪਤਾਈਜ਼ ਲੈ ਲਓ ਤੁਸੀਂ ਠੀਕ ਹੋ ਜਾਣਾ ਪਰ ਪ੍ਰਭੂ ਦਾ ਬਚਨ ਕਹਿੰਦਾ ਜਿਹੜਾ ਵਿਸ਼ਵਾਸ ਕਰੂਗਾ ਉਹ ਕੀ ਚੰਗਾ ਹੋ ਜਾਊਗਾ ਕਿ ਆਪਾਂ ਨਹੀਂ ਦੇਖਦੇ ਜਿਨ੍ਹਾਂ ਨੇ ਅਜੇ ਬਪਤਾਈਜ਼ ਨਹੀਂ ਲਿਆ ਆਪਾਂ ਦੇਖਦੇ ਜਦੋਂ ਪ੍ਰਭੂ ਯਸ਼ੂ ਮਸੀਹ ਜੀ ਜਾਂਦੇ ਸੀਗੇ ਤਾਂ ਇੱਕ ਇਨਸਾਨ ਸੀ ਇੱਕ ਦੁਸ਼ਟ ਆਤਮਾ ਨਾਲ ਜਕੜਿਆ ਹੋਇਆ ਸੀਗਾ ਜਦੋਂ ਉੱਥੋਂ ਦੀ ਲੰਘਦੇ ਪਏ ਆ ਤੇ ਉਹ ਜਾਂਦੇ ਫਿਰੇ ਤੁਰੇ ਜਾਂਦੇ ਆ ਤੇ ਦੁਸ਼ਟ ਆਤਮਾ ਨਾਲ ਜਕੜਿਆ ਹੋਇਆ ਸੀਗਾ ਤੇ ਪ੍ਰਭੂ ਨੇ ਉਹਨੂੰ ਆਜ਼ਾਦ ਕੀਤਾ ਤੇ ਕੀ ਉਹਨੇ ਕੀ ਕੀਤਾ ਸੀ ਵਿਸ਼ਵਾਸ ਹੀ ਕੀਤਾ ਸੀਗਾ ਤੇ ਪ੍ਰਭੂ ਨੇ ਉਹਨੂੰ ਆਜ਼ਾਦ ਕੀਤਾ ਜਿਸ ਤਰ੍ਹਾਂ ਇੱਕ ਸੇਠ ਸੀਗਾ ਉਹਦਾ ਨੌਕਰ ਬਿਮਾਰ ਸੀਗਾ ਕਿ ਉੱਥੇ ਕਿਤੇ ਲਿਖਿਆ ਗਿਆ ਕਿ ਉਹਨੇ ਬਪਤਾਈਜ਼ ਲਿਆ ਤਾਂ ਫਿਰ ਹੀ ਉਹ ਚੰਗਾ ਹੋਇਆ ਪ੍ਰਭੂ ਕਹਿੰਦਾ ਵਿਸ਼ਵਾਸ ਕਰੋਗੇ ਬਪਤਾਈਜ਼ ਲੈਣ ਨਾਲ ਸਾਡੀ ਜ਼ਿੰਦਗੀ 'ਚ ਕੀ ਹੁੰਦਾ ਆ ਇਹ ਦੇਖਦੇ ਆਪਾਂ ਅੱਗੇ ਪੜ੍ਹਦੇ ਹਾਂ ਅਤੇ ਨੇਚਾ ਕਰਨ ਵਾਲਿਆਂ ਦੇ ਨਾਲ ਨਾਲ ਇਹ ਨਿਸ਼ਾਨ ਹੋਣਗੇ ਜੋ ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ ਅਤੇ ਨਵੀਆਂ-ਨਵੀਆਂ ਬੋਲੀਆਂ ਬੋਲਣਗੇ ਉਹ ਸੱਪਾਂ ਨੂੰ ਚੁੱਕ ਲੈਣਗੇ ਅਤੇ ਜੇ ਕੋਈ ਜ਼ਹਿਰੀਲੀ ਚੀਜ਼ ਪੀ ਲੈਣ ਤਾਂ ਉਹਨਾਂ ਦਾ ਕੁਝ ਨਹੀਂ ਵਿਚਲੇਗਾ ਉਹ ਰੋਗੀਆਂ ਉੱਤੇ ਹੱਥ ਰੱਖਣਗੇ ਤਾਂ ਉਹ ਚੰਗੇ ਹੋ ਜਾਣਗੇ ਹਾਲੇਲੂਇਆ ਦੇਖੋ ਹੁਣ ਪ੍ਰਭੂ ਦਾ ਬਚਨ ਕੀ ਕਹਿੰਦਾ ਹੈ ਬਪਤਾਈਜ਼ ਲੈਣ ਤੋਂ ਬਾਅਦ ਆ ਵਿਸ਼ਵਾਸ ਕਰਕੇ ਅਸੀਂ ਜਦੋਂ ਨੇਚਾ ਕਰਦੇ ਬਪਤਾਈਜ਼ ਸਾਡੀ ਜ਼ਿੰਦਗੀ 'ਚ ਕੀ ਹੁੰਦਾ ਚਿੰਨ ਆਉਂਦਾ ਆ ਸਾਡੀ ਜ਼ਿੰਦਗੀ 'ਚ ਅਥੋਰਿਟੀ ਆਉਂਦੀ ਆ ਪ੍ਰਭੂ ਦੇ ਅਧਿਕਾਰ ਆਉਂਦਾ ਆ ਪ੍ਰਭੂ ਦੇ ਅਸੀਂ ਧੀਆਂ ਤੇ ਪੁੱਤਰ ਬਣਦੇ ਹਾਂ ਔਰ ਫਿਰ ਜ਼ਿੰਦਗੀ 'ਚ ਸਾਡੇ ਬਪਤਾਈਜ਼ ਲੈਣ ਤੋਂ ਬਾਅਦ ਕੀ ਹੁੰਦਾ ਆ ਕੀ ਹੁੰਦਾ ਆ ਦੇਖਦੇ ਆਪਾਂ ਕਹਿੰਦਾ ਨੇਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ ਜੋ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ ਹਾਲੇਲੂਇਆ ਦੇਖੋ ਕਦੋਂ ਜਦੋਂ ਅਸੀਂ ਵਿਸ਼ਵਾਸ ਕਰਕੇ ਉਹਦੇ ਨਾਮ ਦੇ ਵਿੱਚ ਬਪਤਾਈਜ਼ ਲੈਂਦੇ ਹਾਂ ਜਦਕਿ ਇਹ ਨੀਗਾ ਕਿ ਅਸੀਂ ਵਿਸ਼ਵਾਸ ਕਰਾਂਗੇ ਤਾਂ ਅਸੀਂ ਬਪਤਾਈਜ਼ ਲਵਾਂਗੇ ਤਾਂ ਅਸੀਂ ਛੁਟਕਾਰਾ ਪਾਵਾਂਗੇ ਏਦਾਂ ਕੁਛ ਨੀਗਾ ਏਦਾਂ ਕੁਛ ਨੀਗਾ ਪਰ ਏਦਾਂ ਆ ਕਿ ਜਦੋਂ ਅਸੀਂ ਵਿਸ਼ਵਾਸ ਕਰਾਂਗੇ ਤਾਂ ਸਾਨੂੰ ਚਿੰਨ ਮਿਲਦੇ ਸਾਨੂੰ ਅਥੋਰਿਟੀ ਮਿਲਦੀ ਆ ਸਾਨੂੰ ਅਧਿਕਾਰ ਮਿਲਦਾ ਆ ਸਾਨੂੰ ਅਧਿਕਾਰ ਮਿਲਦਾ ਆ ਅਸੀਂ ਆਪਣੇ ਹੈ ਨਾ ਪੇ ਦੀ ਜ਼ਮੀਨ ਜਾਇਦਾਦ ਦੇ ਨਾ ਵਾਰਿਸ ਬਣਦੇ ਹਾਂ ਜੋ ਪ੍ਰਭੂ ਯਸ਼ੂ ਮਸੀਹ ਤੋਂ ਅਥੋਰਿਟੀ ਸੀ ਉਹੀ ਖੁਦਾ ਨੇ ਸਾਨੂੰ ਦਿੱਤੀ ਆ ਉਹ ਤੋਂ ਵੀ ਵੱਧ ਕੇ ਕਹਿੰਦਾ ਤੁਸੀਂ ਉਹ ਤੋਂ ਵੀ ਵੱਧ ਕੇ ਤੇ ਵੱਡੇ ਵੱਡੇ ਕੰਮਾਂ ਨੂੰ ਕਰਾਂਗੇ ਹਾਲੇਲੂਇਆ ਅੱਗੇ ਦੇਖਦੇ ਆਪਾਂ ਇੱਦਾਂ ਕਹਿੰਦਾ ਕਹਿੰਦਾ ਮੇਰਾ ਨਾਮ ਲੈ ਕੇ ਤੁਸੀਂ ਭੂਤਾਂ ਨੂੰ ਕੱਢਣਗੇ ਤੇ ਨਵੀਆਂ ਨਵੀਆਂ ਬੋਲੀਆਂ ਬੋਲਾਂਗੇ ਤੇ ਸੱਚਮੁੱਚ ਬਪਤਾਈ ਲੈਣ ਤੋਂ ਬਾਅਦ ਇੱਦਾਂ ਹੀ ਹੁੰਦੀ ਆ ਸਾਡੇ ਕੋਲ ਅਧਿਕਾਰ ਆ ਜਾਂਦੇ ਆ ਪਰ ਸੱਪਾਂ ਨੂੰ ਚੁੱਕ ਲੈਣਗੇ ਅਤੇ ਜੇ ਕੋਈ ਜ਼ਹਿਰ ਵਾਲੀ ਚੀਜ਼ ਪਏ ਲੈਣ ਤਾਂ ਉਹਨਾਂ ਦਾ ਕੁਝ ਨਹੀਂ ਵਿਚਲੇਗਾ ਉਹ ਰੋਗੀਆਂ ਉੱਤੇ ਹੱਥ ਰੱਖਣਗੇ ਤੇ ਉਹ ਚੰਗੇ ਹੋ ਜਾਣਗੇ ਹਾਲੇਲੂਇਆ
देखो बचन की कहता है, इत्थे बचन बहुत गहराई दे नाल प्रभु ने वचन दिता, बहुत गहराई दे नाल सानू अथॉरिटी दिती आ कि बपताइज लैण तो बाद साडी जिंदगी च की हुंदा आ। बहुते आ कहिंदे आ कि आपां बपताइज लैंदे आ कि तुसी चंगे हो जाणा, तुसी चंगे हो जाणा, पर जिहड़ा प्रभु यशु मसीह दे लहू दे द्वारा छुटकारा आ ना, असी चंगे हो जावांगे, हर जगह हो जावांगे, पर जिहड़े असी पाप गुनाह कीते ओह प्रभु दे लहू दे द्वारा ही असी धोते जांदे आ। जदों असी विश्वास करके उहदे अधिकार नूं साडे उत्ते अधिकार, आपां इहदे आपां लुका दे विच देखदे आ, आपां लुका दे विच देखदे आ, लुका दी 10 दी 19 पढ़दे आ। ਵੇਖੋ ਮੈਂ ਤੁਹਾਨੂੰ ਸੱਪਾਂ ਅਤੇ ਟੂਣੀਆਂ ਤੇ ਲਿਤਾੜਨ ਦਾ ਅਤੇ ਵੈਰੀ ਦੀ ਸਾਰੀ ਸ਼ਕਤੀ ਉੱਤੇ ਇਖਤਿਆਰ ਦਿੱਤਾ ਹੈ ਅਤੇ ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਾ ਕਰੇਗੀ। ਹਾਲੇਲੂਇਆ। ਦੇਖੋ ਪ੍ਰਭੂ ਦਾ ਬਚਨ ਕੀ ਕਹਿੰਦਾ ਆ, ਕਹਿੰਦਾ ਮੈਂ ਤੁਹਾਨੂੰ ਕੀ ਆ ਸੱਪਾਂ ਤੇ ਠੂਆਂ ਤੇ ਲਤਾੜਨ ਦਾ ਅਤੇ ਬੈਰੀ ਦੀ ਸਾਰੀ ਸ਼ਕਤੀ ਉੱਤੇ ਇਖਤਿਆਰ ਦਿੱਤਾ ਹੈ ਅਤੇ ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਹੀਂ ਕਰ ਸਕਦੀ। ਹਾਲੇਲੂਇਆ। ਪਰ ਇਸ ਤੋਂ ਤੁਸੀਂ ਆਨੰਦ ਨਾ ਹੋਵੋ ਕਿ ਰੂਹ ਤੁਹਾਡੇ ਬਸ ਵਿੱਚ ਹਨ, ਪਰ ਇਸ ਤੋਂ ਆਨੰਦ ਹੋਵੋ ਕਿ ਭਾਈ ਤੁਹਾਡਾ ਨਾਂ ਸਵਰਗ ਦੇ ਵਿੱਚ ਲਿਖਿਆ ਹੋਇਆ ਹੈ। ਸਨ ਲਿਖਿਆ ਇਸ ਤੋਂ ਨਹੀਂ ਕਿ ਰੂਹ ਤੁਹਾਡੇ ਬਸ ਵਿੱਚ ਆ। ਦੇਖੋ ਪ੍ਰਭੂ ਦਾ ਬਚਨ ਕੀ ਨਹੀਂ ਝੂਠ ਹੈ ਕਿ ਗਲਤ ਆ, ਸਹੀ ਕਿਹਾ ਪ੍ਰਭੂ ਨੇ। ਇਸ ਲਈ ਕਹਿੰਦੇ ਪ੍ਰਭੂ ਦਾ ਕਹਿੰਦਾ ਬਚਨ ਕੀ ਕਹਿੰਦਾ, ਗਿਆਨ ਬਿਨਾਂ ਮੇਰੀ ਪ੍ਰਜਾ ਕੀ ਨਾਸ਼ ਹੋ ਰਹੀ ਆ। ਅਸੀਂ ਕੀ ਆ, ਅਸੀਂ ਪ੍ਰਭੂ ਦੇ ਵਚਨ ਨੂੰ ਡੀਪਲੀ ਲੈਣਾ। ਅਗਰ ਸਾਨੂੰ ਨਹੀਂ ਸਮਝ, ਸਾਨੂੰ ਸਮਝ ਨਹੀਂ ਗਈ ਤਾਂ ਅਸੀਂ ਕੀ ਕਰਨਾ, ਅਸੀਂ ਪਰਮੇਸ਼ਵਰ ਤੋਂ ਬੁੱਧ ਮੰਗਣੀ ਆ। ਪ੍ਰਭੂ ਦੇ ਕ੍ਰਾਂਤੀਆਂ ਦੇ ਵਿੱਚ ਲਿਖਿਆ ਕਹਿੰਦਾ, ਜੇ ਤੇਰੇ ਕੋਲ ਬੁੱਧ ਦਾ ਘਾਟਾ ਮੇਰੇ ਕੋਲ ਮੰਗ, ਮੈਂ ਤੈਨੂੰ ਬਿਨਾਂ ਲਾਂਭਾ ਦਿਆਂਗਾ। ਪ੍ਰਭੂ ਸਾਨੂੰ ਬਿਨਾਂ, ਆਪਾਂ ਕਿਸੇ ਤੋਂ ਚੀਜ਼ ਲੈ ਲਈ ਉਹ ਲਾਂਭਾ ਮਾਰਨ ਲੱਗ ਪੈਂਦਾ ਨਾ ਥੋੜ੍ਹੀ ਦੇਰ ਦੇ ਲਈ, ਪਰ ਜਦੋਂ ਅਸੀਂ ਕਿਸੇ ਪਰਮੇਸ਼ਵਰ ਤੋਂ ਮੰਗਦੇ, ਪ੍ਰਭੂ ਸਾਨੂੰ ਲਾਂਭਾ ਨਹੀਂ, ਉਹਨੇ ਸਾਨੂੰ ਜੀਵਨ ਦਿੱਤਾ, ਸਾਨੂੰ ਮੁਕਤੀ ਦਿੱਤੀ, ਸਾਨੂੰ ਹਰ ਚੀਜ਼ ਖਾਣ ਪੀਣ ਲਈ ਵਸਤੂ ਕੱਪੜਾ ਲੀੜਾ ਹਰ ਚੀਜ਼ ਸਾਨੂੰ ਪਰਮੇਸ਼ਵਰ ਨੇ ਦਿੱਤੀ ਆ। ਤੇ ਜਦੋਂ ਸਾਨੂੰ ਲੱਗਦਾ ਕਿ ਬਚਨ ਦੇ ਵਿੱਚ ਸਾਨੂੰ ਨਹੀਂ ਪੂਰਾ ਹੈਗਾ ਤਾਂ ਤੁਸੀਂ ਪ੍ਰਭੂ ਤੇ ਗਿਆਨ ਲੈ ਸਕਦੇ ਆ। ਹੁਣ ਤੁਸੀਂ ਇਹ ਕਦੀ ਨਹੀਂ ਕਿਸੇ ਨੂੰ ਕਹਿਣਾ ਜਾ ਕੇ ਕਿ ਤੁਸੀਂ ਬਪਤਾਈਜ਼ ਲਓ ਤਾਂ ਤੁਸੀਂ ਚੰਗੇ ਹੋ ਜਾਣਗੇ, ਪਰ ਤੁਸੀਂ ਇਹ ਕਹਿਣਾ ਕਿ ਤੁਸੀਂ ਵਿਸ਼ਵਾਸ ਕਰੋਗੇ ਤਾਂ ਤੁਸੀਂ ਚੰਗੇ ਹੋ ਜਾਣਾ ਆ। ਜੇ ਤੁਸੀਂ ਪ੍ਰਭੂ ਦੇ ਵਚਨ ਤੇ ਚੱਲਾਂਗੇ, ਵਿਸ਼ਵਾਸ ਕਰਾਂਗੇ, ਬਚਨ ਨੂੰ ਸੁਣਾਂਗੇ, ਉਹਨੂੰ ਮੰਨਾਂਗੇ, ਫਿਰ ਕੀ ਆ, ਫਿਰ ਪਰਮੇਸ਼ਵਰ ਸਾਨੂੰ ਆਪੇ, ਕਿਉਂਕਿ ਖੁਦਾ ਨੇ ਪਹਿਲਾਂ ਹੀ ਸਭ ਕੁਛ ਸਾਡੇ ਲਈ ਕਰ ਦਿੱਤਾ ਹੋਇਆ ਆ, ਸਭ ਕੁਛ ਸਾਡੇ ਲਈ ਕਰ ਚੁੱਕਿਆ ਹੈ ਪਰਮੇਸ਼ਵਰ, ਸਾਨੂੰ ਕੁਛ ਵੀ ਕਰਨ ਦੀ ਜ਼ਰੂਰਤ ਨਹੀਂ ਗੀ। ਹੁਣ ਮੈਂ ਇੱਕ ਕਹਾਣੀ ਤੁਹਾਨੂੰ ਛੋਟੀ ਜਿਹੀ ਸੁਣਾਉਂਦੀ ਹਾਂ, ਇਹਦੇ ਵਿੱਚ ਮੈਂ ਬਚਨ ਵੀ ਪੂਰਾ ਕਰਦੀ। ਪ੍ਰਭੂ ਨੇ ਸਾਨੂੰ ਕੀ ਕਿਹਾ, ਕਹਿੰਦਾ ਉਸ ਨੇ ਉਹਨਾਂ ਨੂੰ ਆਖਿਆ, ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਰਵ ਸਿੱਤ ਸ੍ਰਿਸ਼ਟ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ। ਹਾਲੇਲੂਇਆ। ਅਸੀਂ ਕਦੋਂ ਕਦੋਂ ਕਰ ਸਕਦੇ ਹਾਂ, ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਸਵੀਕਾਰ ਕਰਦੇ ਹਾਂ, ਉਹਦੇ ਹੁਕਮਾਂ 'ਤੇ ਚੱਲਦੇ ਹਾਂ, ਫਿਰ ਸਾਨੂੰ ਇੰਨੀਆਂ ਅਥੋਰਟੀਆਂ ਮਿਲਦੀਆਂ, ਅਸੀਂ ਪੂਰੀ ਸ੍ਰਿਸ਼ਟ ਦੇ ਜਾ ਕੇ ਕੀ ਪ੍ਰਚਾਰ, ਖੁਸ਼ਖਬਰੀ ਦਾ ਪ੍ਰਚਾਰ ਕਰ ਸਕਦੇ। ਅਸੀਂ ਪਰਮੇਸ਼ਵਰ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਹੈ। ਅਸੀਂ ਕੀ ਕਰਨਾ, ਖੁਸ਼ਖਬਰੀ ਦੱਸਣੀ ਆ ਪਰਮੇਸ਼ਵਰ। ਇਹ ਨਹੀਂ ਦੱਸਣਾ ਕਿ ਪਰਮੇਸ਼ਵਰ ਚੰਗਾ ਕਰਨ ਵਾਲਾ, ਇਹ ਦੱਸੋ ਕਿ ਜਦੋਂ ਪਰਮੇਸ਼ਵਰ ਨੂੰ ਮੰਨਦੇ ਹਾਂ, ਅਸੀਂ ਪਰਮੇਸ਼ਵਰ ਦੇ ਵਚਨਾਂ 'ਤੇ ਚੱਲਦੇ ਹਾਂ, ਅਤੇ ਅਸੀਂ ਕੀ ਕਰਦੇ ਹਾਂ, ਅਸੀਂ ਉਹਦੀ ਅਦਭੁਤ ਅਨੁਗ੍ਰਹਿ ਤੋਂ ਉਹਦੀ ਸ਼ਕਤੀ ਨੂੰ ਪਾਉਂਦੇ ਹਾਂ। ਹਾਲੇਲੂਇਆ। ਸਾਡੀ ਬੁੱਧ ਖੁੱਲਦੀ ਆ ਜਿੱਦਾਂ ਜਿੱਦਾਂ ਅਸੀਂ ਵਚਨ ਪੜ੍ਹਦੇ ਜਾਂਦੇ ਪੜ੍ਹਦੇ ਜਾਂਦੇ ਪੜ੍ਹਦੇ ਉਸ ਨੂੰ ਚੱਲਦੇ ਜਾਂਦੇ, ਅਧੀਨਗੀ ਦੇ ਨਾਲ ਚੱਲਦੇ ਜਾਂਦੇ ਚੱਲਦੇ ਜਾਂਦੇ ਚੱਲਦੇ ਜਾਂਦੇ, ਉਸ ਤਰੀਕੇ ਦੇ ਨਾਲ ਸਾਨੂੰ ਕਿ ਵਚਨ ਦੇ ਬਾਰੇ ਪਤਾ। ਕਹਿੰਦਾ ਗਿਆਨ ਵੀ ਨਾ, ਕਹਿੰਦਾ ਅੱਧਾ ਅਧੂਰਾ ਗਿਆਨ ਨਾ ਬਚਨ ਬੰਦੇ ਨੂੰ ਨਾਸ਼ ਕਰ ਦਿੰਦਾ ਆ, ਬੰਦੇ ਨੂੰ ਕਰਦਾ ਨਾਸ਼ ਕਰ ਦਿੰਦਾ ਆ। ਇਸ ਕਰਕੇ ਕਿ ਸਾਨੂੰ ਖੁਦ ਵਚਨ ਨੂੰ ਪੜ੍ਹਨਾ ਚਾਹੀਦਾ,
वचन दे विच की लिखिया उहनू जानना चाहीदा है। अगर तुहाडे मन दे विच कोई क्वेश्चन आउंदा जां कुछ पुछो, हुण मैं जिद्दां छोटी जिही गल दसदी हाँ, मैं शायद तुहानूं पहलां वी सुणाई आ, मैं इक गल दसदी हाँ। कहिंदा एक इंसान सीगा तुरिया जांदा आ, राजा सी, राजा एक राजा सीगा ते उह जांदा आ ते इहदे मंत्री वी आउंदे कहिंदा अज्ज मैं तुर के जाणा अग्गे, ते राज गड्डी ते तुहानूं पता जांदे आ राजे है ना, राजे तुरदे नेगे, पर उह कहिंदा मैं ना अज्ज तुर के जाणा। ते जदों तुरिया जांदा ना ते एक इंसान उहनूं मिलदा रास्ते दे विच, जदों मिलदा उह ते उह कहिंदा इंसान उहनूं मिलिया रास्ते दे विच, आम इंसान जिदा कह दो प्रजा का कह लो जां उदां इंसान उहनूं मिलिया, उह तुरिया जांदा आ। जदों गया ते रास्ते विच ना बिल्ली आ गई, उहदा रास्ता कट गई, उह कहिंदा मेरा अज्ज बिल्ली आ गई, मेरा रास्ता कट गई। फिर की होया, थोड़ी देर जांदा उह ना उहनूं ठोकर लगदी, उह डिग जांदा, ठेडा गा के डिगदा आ। चलो सारी दिहाड़ी इदां ही उहदा निकल गया, शाम नूं जांदा अपने घर जांदा, राजपाट च जांदा ते खाणा खाण लगदा आ। जदों खाणा खाँदा आ ना ते की हुंदा, मक्खी आ के बह जांदी आ, ते बड़ा क्रोध च हो जांदा, बड़ा दुखी हो जांदा भी इदां ही होई, अज उस इंसान दे मत्थे लग्गिया करके ते अज मेरे नाल आ कुछ वापरिया आ। जदों इदां उह कहिंदा आ वापरिया मेरे नाल, कहिंदा कहिंदा उहनूं फड़ के, मैं उहनूं पत्नी नूं कहा कहिंदा जाओ उहनूं इंसान नूं फड़ के लैके आओ। जदों उहनूं फड़ के लैके आए, कहिंदा उहनूं पेश कीता, उह कहिंदा हाँ, उहनें दस्सिया कि तेरा मैं, उह कहिंदा मेरा कसूर की आ, उह कहिंदा कि अज्ज मैं तेरे मत्थे लगा करके मैं ना इन्नी इन्नी जिंदगी च इन्ना कुछ होया, तेनूं फांसी ते चढ़ा दो, भी मेरी जिंदगी च इन्ना कुछ होया ते इहनूं की करो फांसी ते चढ़ा दो। उह जदों फांसी ते चढ़न लगा लाउण लगा ते उह कहिंदा अच्छा इहदी आखरी इच्छा दस तेरी की आ, उह कहिंदा आखरी इच्छा तेरी की आ, कहिंदा राजा की मैं चाहुंदा आ मेरी जगह ते तू चढ़ जा फांसी। ते राजा बड़ा बुखलाया गुस्से च, भी तू किदां मैनूं कह दित्ता है ना। कहिंदा देख राजा, भी मैं तेरे मत्थे लग्गिया, तू माड़ी जिही ठोकर खाधी, बिल्ली रास्ता कट गई, चल खाणा खाधा ते मक्खी बह गई, पर तू मेरे मत्थे लग्गिया ते मैं अज फांसी चढ़न लगा, भी ते तू मेरे नालों ज्यादा गुनाहगार पापी होया कि मैं होया। हालेलुया। ते राजा की सोचा च पै गया, जदों सोचा च पै गया ते उहनूं अपनी गल ते अहसास होया, क्यों? क्योंकि इंसान दे कोल बुद्ध ने काम किया, बुद्ध ने काम किया, ते उह अपने आप च सोचण लगा, कहिंदा कि वाकई गल वी मैं फिर ज्यादा मनहूस होया तेरे तो, है ना। ते उहनूं अपनी गलती का अहसास हो गया। ते इहना इसे लई कहिंदे आ कि ज्ञान बिना प्रजा की कहिंदी मेरी नाश हो रही आ। ते जदों साडे कोल ज्ञान बुद्ध होवे तां सानूं सारी समझ आ जांदी। ते बचन वी इही सानूं बयान करदा आ, बचन वी इही कहिंदा, कहिंदा मैं तैनूं अधिकार दित्ता होया ठूआं ते सप्पां ते अथॉरिटी। जदों असीं बपतिस्मा लैंदे फिर साडे कोल अथॉरिटी आ जांदी आ, फिर जो साड़ी जिंदगी च कोई दुर्घटना आती असी उस अथॉरिटी नूं यूज कर सकते, असी वरत सकते, असी प्रभु तो मंग सकते। कहिंदे मंगोगे तो दिता जाऊगा, खट खटाओगे तो तुहाडे लई खोलिया जाऊगा, पर उदों जदों असी परमेश्वर च वफादारी नाल चलदे हां। प्रभु खुद कहिंदा असी परमेश्वर नूं लभदे हां, ते इंसान कहिंदा आ कि मैं परमेश्वर नूं लभदा आ लभदा, पर परमेश्वर खुद दरवाजे ते खड़ा खट खटाउंदा आ ते कहिंदा अपना दरवाजा खोल ते मैं अंदर आना चाहुंदा आ। हालेलुया। असीं की पै जांदे, असीं सामने देख लैंदे वी सानूं मिल गया, असीं थोड़ी जिही साडी जिंदगी च काम आउंदे, ते असीं सोचण लग पैंदे कि असीं भी पास्टर बन जाणा, असीं भी प्रचार करना, पर साडी जिंदगी च सानूं पुछणा पैणा कि प्रभु साडे जीवन दे विच तुहाडी योजना की आ, तुहाडी प्लैनिंग आ। कई वारी परमेश्वर किसे नूं वर्शिप दे के रूह दा मसा दे के खड़ा कर सकदा, उहदे सौंग गाउण दे नाल उह लोकां दी जिंदगी च काम हो सकदा, किसे दी सेवा द्वार किसे टाइम किसे नूं परमेश्वर अपना इनकम कह दो बिजनेस दिंदा आ कि तू मेरा फाइनैंशियली तौर ते कर। जिस तरह उस मनुख नूं कहा कि जा तू मेरी गवाही, कहिंदा प्रभु मैं भी तेरे नाल चलण तेरे पिछे, कहिंदा नहीं तू जा के मेरी गवाही नूं दे कि तेरे नाल की होया, लोकां नूं दस।
ਬਚਨ ਨੂੰ ਪੜੋ ਚੰਗੀ ਤਰ੍ਹਾਂ ਕਿ ਬਚਨ ਕਹਿੰਦਾ ਕੀ ਆ। ਪ੍ਰਭੂ ਯਸ਼ੂ ਮਸੀਹ ਸਾਡੀ ਜ਼ਿੰਦਗੀ ਜੇ ਅਸੀਂ ਜਕੜਨ ਦੇ ਵਿੱਚ ਹੈ ਤਾਂ ਫਿਰ ਸਮਝੋ ਸਾਡੀ ਜ਼ਿੰਦਗੀ 'ਚ ਹਜੇ ਪਰਮੇਸ਼ਵਰ ਦਾ ਆਤਮਾ ਨਹੀਂ ਗਾ, ਅਸੀਂ ਦਰਵਾਜ਼ੇ ਨੂੰ ਹਜੇ ਖੋਲ੍ਹਿਆ ਨਹੀਂ। ਜੇ ਅਸੀਂ ਕਿਸੇ ਨਸ਼ੇ ਦੇ ਵਿੱਚ ਹਾਂ ਜਾਂ ਕਿਸੇ ਪਰੇਸ਼ਾਨੀ 'ਚ ਜਾਂ ਕਿਸੇ ਬੰਧਨ ਦੇ ਵਿੱਚ ਹਾਂ ਤਾਂ ਫਿਰ ਸਾਨੂੰ ਕੀ ਆ, ਅਸੀਂ ਉਸ ਚੀਜ਼ ਨੂੰ ਹਜੇ ਕੀ ਅਪਣਾਇਆ ਨਹੀਂ ਗਾ। ਅਤੇ ਅਪਣਾਇਆ ਕਦੋਂ ਜਾਂਦਾ? ਜਦੋਂ ਅਸੀਂ ਖੁਦਾ ਦੀ ਹਜ਼ੂਰੀ ਦੇ ਵਿੱਚ ਜਾਂਦੇ ਇਹ ਵਚਨ ਨੂੰ। ਇਹ ਪ੍ਰਕਾਸ਼ ਆ। ਅੱਗੇ ਪਰਮੇਸ਼ਵਰ ਗੱਲ ਕਰਦਾ ਸੀ ਮੂਸਾ, ਜਿੱਦਾਂ ਕਹਿੰਦਾ ਸੀਗਾ ਕਿ ਝਾੜੀਆਂ ਤੇ ਗਿਆ, ਸਨੇਹੀ ਪਹਾੜ ਤੇ ਗਿਆ, ਪਰ ਇਹ ਅੱਜ ਬਚਨ ਆ, ਇਹ ਜੀਂਦਾ ਜਾਗਦਾ ਬਚਨ ਆ। ਬਚਨ ਇਹ ਬੋਲਦਾ ਆ, ਬਚਨ ਬੋਲਦਾ ਆ। ਹਾਲੇਲੂਯਾ, ਬਚਨ ਸੱਚਮੁੱਚ ਬੋਲਦਾ ਆ। ਸਾਨੂੰ ਬਚਨ ਜਦੋਂ ਪੜ੍ਹਦੇ, ਅਸੀਂ ਪੜ੍ਹੀਆਂ, ਮੈਂ ਸਾਰੀਆਂ ਪੜ੍ਹੀਆਂ, ਮੈਂ ਪ੍ਰਭੂ ਦੇ ਵਿੱਚ ਆਈ ਜਦੋਂ ਪ੍ਰਭੂ ਨੇ ਕਿਹਾ ਕਿ ਮੈਂ ਮੁਕਤੀਦਾਤਾ ਪ੍ਰਭੂ ਯਸ਼ੂ ਮਸੀਹ ਹਾਂ, ਮੇਰੀ ਸਾਰੀ ਭਟਕਣਾ ਖਤਮ ਹੋ ਗਈ। ਖੁਦ ਪ੍ਰਭੂ ਯਸ਼ੂ ਮਸੀਹ ਮੇਰੀ ਜ਼ਿੰਦਗੀ ਵਿੱਚ ਆਏ, ਮੈਨੂੰ ਕਿਸੇ ਇਨਸਾਨ ਨੇ ਨਹੀਂ ਦੱਸਿਆ, ਕਿਸੇ ਖੁਦਾ ਦੇ ਦਾਸ ਨੇ, ਕਿਉਂਕਿ ਮੈਨੂੰ ਪਤਾ ਹੀ ਨਹੀਂ ਸੀਗਾ ਕਿ ਪ੍ਰਭੂ ਯਸ਼ੂ ਮਸੀਹ ਕੌਣ ਆ। ਪਰ ਖੁਦਾ ਨੇ ਖੁਦ ਕਿਹਾ ਕਿ ਕਹਿੰਦਾ ਮੈਂ ਪ੍ਰਭੂ, ਮੈਂ ਮੁਕਤੀਦਾਤਾ ਪ੍ਰਭੂ ਯਸ਼ੂ ਮਸੀਹ। ਸਾਰੀ ਭਟਕਣਾ ਖਤਮ ਹੋ ਗਈ। ਜਦ ਤੱਕ ਸਾਡੀ ਜ਼ਿੰਦਗੀ 'ਚ ਭਟਕਣਾ ਆ, ਜੇ ਅਸੀਂ ਪਰਮੇਸ਼ਵਰ 'ਚ ਵੀ ਆ ਕੇ ਭਟਕਦੇ ਰਹੇ ਤਾਂ ਫਿਰ ਕਦੀ ਵੀ ਅਸੀਂ ਕਾਮਯਾਬ ਨਹੀਂ। ਅਸੀਂ ਕੀ ਕਰਨਾ? ਅਸੀਂ ਇਹ ਨਹੀਂ ਕਰਨਾ ਹੈਗਾ ਕਿ ਅਸੀਂ ਇੱਥੇ ਹੀ ਰਹਿਣਾ, ਪਰ ਅਸੀਂ ਸਵਰਗਾਂ ਦੇ ਵਿੱਚ ਜਾਣਾ, ਅਸੀਂ ਆਪਣੇ ਜ਼ਿੰਦਗੀ ਦੇ ਵਿੱਚ ਉਹ ਹਾਸਲ ਕਰਨਾ ਸਥਾਨ। ਕਿੱਦਾਂ ਕਰ ਸਕਦੇ? ਪਵਿੱਤਰਤਾਈ ਦੇ ਵਿੱਚ ਰਹਿ ਕੇ ਸਾਨੂੰ ਪਵਿੱਤਰਤਾਈ ਦੇ ਵਿੱਚ ਰਹਿਣਾ ਪੈਣਾ। ਸਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤਿਆਗਣੀਆਂ ਪੈਣੀਆਂ ਆ, ਸਾਨੂੰ ਪਰਮੇਸ਼ਵਰ ਦੇ ਅਨੁਗ੍ਰਹਿ 'ਚ ਉਹਦੀ ਆਗਿਆ ਦੇ ਫਿਰ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਕੋਈ ਲੋਕ ਦੇਖਣਗੇ ਨਾ ਤਾਂ ਕੋਈ ਵੀ ਪਰਮੇਸ਼ਵਰ ਦਾ ਇਨਕਾਰ ਨਹੀਂ ਕਰ। ਜਦੋਂ ਪ੍ਰਭੂ ਯਸ਼ੂ ਮਸੀਹ ਸੀਗੇ ਨਾ, ਚੱਲਦੇ ਸੀ ਨਾ, ਕਰਦੇ ਸੀਗੇ, ਤਾਂ ਕੋਈ ਕਹਿੰਦਾ ਨਹੀਂ ਸੀਗਾ। ਖੁਦ ਖੁਦਾ ਉਹਨਾਂ 'ਤੇ ਪ੍ਰਗਟ ਕਰਦਾ ਸੀ ਕਿ ਪ੍ਰਭੂ ਯਸ਼ੂ ਮਸੀਹ ਮੁਕਤੀਦਾਤਾ ਆ, ਇਹ ਪਰਮੇਸ਼ਵਰ ਦਾ ਪੁੱਤਰ ਆ। ਪ੍ਰਭੂ ਨਹੀਂ ਕਰਦੇ ਸੀ, ਖੁਦ ਖੁਦਾ ਕਰਦਾ। ਜਦੋਂ ਤੁਸੀਂ ਲੋਕਾਂ ਦੇ ਵਿੱਚ ਖੜੇ ਹੋਵੋਗੇ, ਜਦੋਂ ਤੁਸੀਂ ਪਰਫੈਕਟ ਹੋਵੋਗੇ, ਤਾਂ ਖੁਦ ਖੁਦਾ ਆਪਣੀ ਅਗਵਾਈ ਕਰੂਗਾ ਔਰ ਤੁਹਾਨੂੰ ਲੋਕਾਂ ਦੇ ਵਿੱਚ ਪਹਿਚਾਣ ਦਵਾਊਗਾ। ਕੋਈ ਤੁਹਾਡਾ ਵਿਰੋਧੀ ਨਹੀਂ ਹੋ ਸਕਦਾ। ਕਿਉਂ? ਖੁਦਾ ਦਾ ਵਚਨ ਕਹਿੰਦਾ ਆ ਕਿ ਜਿਹਦੇ ਵੱਲ ਪਰਮੇਸ਼ਵਰ ਦਾ ਵਿਰੋਧੀ ਕੌਣ ਹੋ ਸਕਦਾ? ਹੋ ਸਕਦਾ? ਨਹੀਂ ਹੋ ਸਕਦਾ। ਇਸ ਕਰਕੇ ਮੈਨੂੰ ਵਿਸ਼ਵਾਸ ਆ ਕਿ ਮੇਰੀ ਜ਼ਿੰਦਗੀ 'ਚ ਪਰਮੇਸ਼ਵਰ ਨੇ ਫਜ਼ਲ ਉਹਦੇ ਦਰਸ਼ਨ ਨੂੰ ਲੈ ਕੇ ਖੜੀ ਹਾਂ। ਮੈਨੂੰ ਕਿਸੇ ਨੇ ਨਹੀਂ ਕਿਹਾ ਕਿ ਤੂੰ ਆਹ ਕਰ ਆਹ ਕਰ, ਮੈਨੂੰ ਖੁਦਾ ਨੇ ਕਿਹਾ ਅਤੇ ਮੈਂ ਉਹਦੇ ਕੰਮਾਂ ਨੂੰ ਚੱਲਦੀ ਹਾਂ, ਕਰਦੀ ਹਾਂ, ਕਰਦੀ ਹਾਂ। ਅੱਜ ਇਹ ਗਿਆਨ ਕਿੱਥੋਂ ਦਿਆ? ਪਰਮੇਸ਼ਵਰ ਨੇ। ਪਿਛਲੇ ਦਿਨਾਂ 'ਚ ਮੈਂ ਪ੍ਰੇਅਰ ਦੇ ਵਿੱਚ ਸੀ ਅਤੇ ਖੁਦਾ ਨੇ ਮੇਰੇ ਨਾਲ ਗੱਲ ਕੀਤੀ ਕਿ ਇਸ ਭਵਨ ਨੂੰ ਮੈਂ ਬੁੱਧ ਦੇ ਦੁਆਰਾ ਬਣਾਵਾਂਗਾ। ਇਸ ਮਤਲਬ ਮੈਂ ਤੈਨੂੰ ਤੇਰੀ ਬੁੱਧ ਨੂੰ ਖੋਲ੍ਹ ਦਿੱਤਾ ਆ। ਤਾਂ ਸੱਚਮੁੱਚ ਬੁੱਧ ਉਦੋਂ ਖੋਲਦੀ ਆ ਜੇ ਅਸੀਂ ਪ੍ਰਭੂ ਦੇ ਵਚਨ ਤੇ ਅਜੇ ਖੁਦਾ ਦੇ ਦਾਸਾਂ ਦੀ ਆਗਿਆਕਾਰੀ ਤੇ ਉਹਨਾਂ ਦਾ ਆਦਰ ਕਰਦੇ, ਕਿਉਂਕਿ ਜੋ ਖੁਦਾ ਨੇ ਦਾਸ ਠਹਿਰਾਏ ਆ ਨਾ, ਉਹ ਪਰਮੇਸ਼ਵਰ ਨੇ ਹੀ ਠਹਿਰਾਏ ਆ, ਕਿਸੇ ਇਨਸਾਨ ਨੇ ਨਹੀਂ ਠਹਿਰਾਏ ਹੈਗੇ, ਉਹ ਵੀ ਮਿਹਨਤ ਕਰਕੇ ਪਹੁੰਚੇ ਆ। ਇਸ ਕਰਕੇ ਸਾਨੂੰ ਉਹਨਾਂ ਦੀ ਆਦਰ ਕਰਨਾ ਚਾਹੀਦਾ ਆ, ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਤੇ ਪਰਮੇਸ਼ਵਰ ਦੀ ਇੱਜ਼ਤ ਕਰਨੀ ਚਾਹੀਦੀ ਆ। ਕਿਉਂ? ਕਿਉਂਕਿ ਪਰਮੇਸ਼ਵਰ ਵੀ ਅੱਜ ਆਪਣੇ ਦਾਸਾਂ ਦੇ ਵਿੱਚ ਦੀ ਬੋਲਦਾ। ਕੀ ਪਤਾ ਤੁਸੀਂ ਤੁਰੇ ਜਾਂਦੇ ਹੋ, ਇਨਸਾਨ ਕੋਈ ਤੁਹਾਨੂੰ ਰਾਸਤੇ 'ਚ ਮਿਲ ਜੇ ਤਾਂ ਖੁਦਾ ਦਾ ਆਤਮਾ ਤੁਹਾਨੂੰ ਕਵੇ ਕਿ ਤੁਸੀਂ ਇਹਦੇ ਲਈ ਪ੍ਰੇਅਰ ਕਰੋ। ਪ੍ਰੇਅਰ ਕਦੋਂ ਕਰੋਗੇ? ਜਦੋਂ ਅਸੀਂ ਵਿਸ਼ਵਾਸ ਵਿੱਚ ਪੱਕੇ ਹੋਵਾਂਗੇ ਵੀ ਸਾਡੀ ਜ਼ਿੰਦਗੀ 'ਚ ਚਿੰਨ੍ਹ ਕੰਮ ਕਰਦੇ ਆ। ਹਾਲੇਲੂਯਾ। ਅੱਜ ਤੁਸੀਂ ਬਪਤਿਸਮਾ ਪਾ ਚੁੱਕੇ ਆ, ਅੱਜ ਤੁਹਾਡੀ ਜ਼ਿੰਦਗੀ 'ਚ ਪਰਮੇਸ਼ਵਰ ਕੰਮ ਕਰ ਰਿਹਾ, ਤੁਹਾਨੂੰ ਹੋਣਾ ਚਾਹੀਦਾ ਆ, ਤੁਹਾਨੂੰ ਹੋਣਾ ਚਾਹੀਦਾ ਇਸਤੇਮਾਲ ਕਰਨ ਕਿ ਮੇਰੀ ਜ਼ਿੰਦਗੀ 'ਚ ਮੇਰੇ ਕੋਲ ਅਥੋਰਿਟੀ ਆ। ਪਰ ਉਹਦਾ ਵੀ ਇੱਕ ਟਾਈਮ ਆ, ਸਮਾਂ ਆ। ਪਹਿਲਾਂ ਹੌਲੀ 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 ਸਾਨੂੰ ਸਿੱਖਦੇ ਜਾਣਾ ਚਾਹੀਦਾ, ਸਿੱਖਦੇ ਜਾਣਾ ਚਾਹੀਦਾ, ਸਿੱਖਦੇ ਜਾਣਾ, ਸਿੱਖਦੇ ਜਾਣਾ ਚਾਹੀਦਾ ਪ੍ਰਭੂ ਦੇ ਨਾਲ ਗੱਲ ਕਰ। ਜਦੋਂ ਪ੍ਰਭੂ ਨਹੀਂ ਗੱਲ ਕਰਦਾ ਤਾਂ ਪ੍ਰਭੂ ਗੱਲ ਕਰੋ, ਉਹਦੀ ਵੇਟ ਕਰੋ, ਇੰਤਜ਼ਾਰ ਕਰੋ। ਇਸ ਤਰ੍ਹਾਂ ਰਸੂਲਾਂ ਦੇ ਕਰਤੱਬ ਦੇ ਵਿੱਚ ਲਿਖਿਆ ਆ 35 ਦੇ ਦਿਨ ਕਿ ਪਰਮੇਸ਼ਵਰ ਦੇ ਸਾਰੇ ਲੋਕ ਉੱਥੇ ਇਕੱਠੇ ਹੋਏ ਅਤੇ ਪ੍ਰਭੂ ਦਾ ਇਕਰਾਰ ਸੀਗਾ ਕਿ ਮੈਂ ਤੁਹਾਡੇ ਲਈ ਪਵਿੱਤਰ ਆਤਮਾ ਭੇਜੂੰਗਾ। ਅਤੇ ਸੱਚਮੁੱਚ ਅੱਜ ਸਾਨੂੰ ਉਹ ਪਵਿੱਤਰ ਆਤਮਾ ਆ, ਉਸ ਪਵਿੱਤਰ ਆਤਮਾ ਦੇ ਵਸੀਲੇ ਅਸੀਂ ਕੰਮ ਕਰਦੇ ਹਾਂ। ਸਾਡੇ 'ਤੇ ਅਥੋਰਿਟੀ ਖੁਦਾ ਦਾ ਆਤਮਾ ਸਾਡੀ ਜ਼ਿੰਦਗੀ, ਜੋ ਹਰ ਇੱਕ ਜਨ ਨੂੰ ਕੀ ਦਿੱਤਾ ਜਾਊਗਾ। ਅਤੇ ਸੱਚਮੁੱਚ ਸਾਨੂੰ ਇੱਕ ਜਨ ਦੇ ਕੋਲ ਪਵਿੱਤਰ ਆਤਮਾ ਸਾਡੀ ਮਦਦ ਲਈ ਖੜਾ ਆ। ਅਗਰ ਤੁਹਾਨੂੰ ਨਹੀਂ ਕੁਛ ਪਤਾ ਲੱਗਦਾ, ਤੁਸੀਂ ਪਵਿੱਤਰ ਆਤਮਾ ਨੂੰ ਕਹੋ ਕਿ ਪਵਿੱਤਰ ਆਤਮਾ ਜੀ ਸਾਡੀ ਮਦਦ ਕਰੋ, ਅਤੇ ਸੱਚਮੁੱਚ ਪਵਿੱਤਰ ਆਤਮਾ ਤੁਹਾਡੀ ਮਦਦ ਕਰੂਗਾ। ਜਦੋਂ ਤੁਹਾਨੂੰ ਨਹੀਂ ਆਂਸਰ ਮਿਲਦਾ, ਨਹੀਂ ਕੁਛ ਮਿਲਦਾ, ਪਵਿੱਤਰ ਆਤਮਾ ਕੋ ਪਵਿੱਤਰ ਆਤਮਾ ਸਾਡੀ ਮਦਦ ਕਰ। ਹਾਲੇਲੂਯਾ।
और प्रभु इन्हां वचन च तुहानूं बहुत सारी आशीष और बरकत दे। हालेलुया, धन्यवाद प्रभु यीशु मसीह, तेरा धन्यवाद करदे खुदा रू अज दे इस वचन दे लई मेरे पिता परमेश्वर जो सानूं दित्ता है मेरे खुदा बाप और पिता परमेश्वर, मेरा विश्वास है पिता परमेश्वर जी कि अज दा वचन इन्हां बच्चों की जिंदगी च प्रभु जी इन्हां दीआं दिल दीआं तख्तियां ते लिखिया गया है मेरे पिता परमेश्वर जी। और प्रभु जी जब मैं अपना मुँह खोल दी खा सचमुच खुदा बाप तू साडे विच दी होके बोलदा है मेरे पिता परमेश्वर जी, मैं दिल तो तुहाडा धन्नवाद करदी अज दे इस वचन दे लई प्रभु जी जो सानू दित्ता है मेरे खुदा बाप। हालेलुया, धन्नवाद प्रभु यीशु मसीह दे जिंदा जलाली नाच मिलके मांगदे आमीन।